ਸਾਨੂੰ ਹਰ ਪਾਮਣ ਦੇ ਵਿੱਚ ਤਕਰੀਬਨ ਤਕਰੀਬਨ ਕੋਟਾ ਪੂਰਾ ਹੈ ਕੋਟੇ ਤੋਂ ਵੱਧ ਨੇ ਗਵਰਨਮੈਂਟ ਕੋਲ ਡਾਟਾ ਵੀ ਆ ਚੁੱਕਿਆ ਹੈ ਲੇਕਿਨ ਗਵਰਨਮੈਂਟ ਨੇ ਡਾਟਾ ਇਹ ਜਿਹੜਾ ਹੈਗਾ ਪਬਲਿਸ਼ ਨਹੀਂ ਕੀਤਾ ਸਾਡੀ ਤਾਂ ਬੇਨਤੀ ਸਰਕਾਰ ਨੂੰ ਇਹ ਹੈ ਕਿ ਲੋਕਾਂ ਦੇ ਸਾਹਮਣੇ ਇਹ ਡਾਟਾ ਰੱਖਣਾ ਚਾਹੀਦਾ ਸਰਕਾਰ ਨੂੰ ਇਹ ਸਵਿਧਾਨ ਦੀ 85ਵੀਂ ਸੋਧ ਹਜੇ ਤੱਕ ਜੀ ਆਈ ਲਾਗੂ ਨਹੀਂ ਹੋਈ ਜੇ ਲਾਗੂ ਹੋ ਜਾਂਦੀ ਆ ਤਾਂ ਤੁਸੀਂ ਕਿਦਾਂ ਦੀ ਤਸਵੀਰ ਦੇਖਦੇ ਹੋ ਨੌਕਰੀਆਂ ਵਾਲੇ ਪਾਸੇ ਮੂਰਤ ਸੁਵਿਧਾ ਵਾਲੇ ਪਾਸੇ ਇਹ ਜਨਰਲ ਕੈਟਾਗਰੀ ਤੇ ਬੈਕਵਰਡ ਕਲਾਸ ਦੋਨਾਂ ਨੂੰ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਦਾ ਬੈਨੀਫਿਟ ਨਹੀਂ ਹੋਣਾ। ਉਹਨਾਂ ਦਾ ਕੀ ਜਵਾਬ ਸੀ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਹੋ ਮੰਗ ਪੱਤਰ ਵੀ ਦਿੱਤਾ ਜਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਨਾਲ ਆਰਗੂ ਕੀਤਾ। ਉਹਨਾਂ ਦੇ ਇਹ ਸੀ ਕਿ ਤੁਹਾਡੇ ਨਾਲ ਟੱਕਰ ਨਹੀਂ ਹੋਣ ਦੇਮਾਨੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਵਾਸੀ ਟੀਵੀ ਤੇ ਮੈਂ ਹਾਂ ਸਫਰ ਹੰਦਾਵਾ। ਪੰਜਾਬ ਸਰਕਾਰ ਵੱਲੋਂ 85ਵੀਂ ਜਿਹੜੀ ਸੋਧ ਹੈ ਉਹਦੀ ਜਿਹੜੀ ਤਜਵੀਜ਼ ਆ ਪੇਸ਼ ਕੀਤੀ ਗਈ ਆ ਲਾਗੂ ਨਹੀਂ ਕੀਤੀ ਗਈ ਪਰ ਉਹਦਾ ਜਿਹੜਾ 85ਵਾਂ ਸੋਧ ਦਾ ਜਿਹੜਾ ਵਿਰੋਧ ਆ ਉਹ ਹੁਣੇ ਤੋਂ ਹੋਣਾ ਸ਼ੁਰੂ ਹੋ ਗਿਆ ਜਰਨਲ ਵਰਗ ਵੈਲਫੇਅਰ ਫੈਡਰੇਸ਼ਨ ਦੇ ਸਾਡੇ ਨਾਲ ਚੀਫ ਆਰਗੇਨਾਈਜ਼ਰ ਸ਼ਾਮ ਲਾਲ ਸ਼ਰਮਾ ਜੀ ਨੇ ਉਹਨਾਂ ਨੇ ਇਸ ਪ੍ਰਤੀ ਕੁਝ ਇਤਰਾਜ਼ ਨੇ 85ਵੇਂ ਸੋਧ ਪ੍ਰਤੀ ਕਿ ਇਹ ਲਾਗੂ ਨਾ ਕੀਤੀ ਜਾਵੇ ਆਪਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰਾਂਗੇ ਕਿ ਜੇ ਇਹ ਲਾਗੂ ਹੁੰਦੀ ਆ ਤਾਂ ਜਰਨਲ ਵਰਗ ਤੇ ਕੀ 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 ਅਸਰ ਦੇਖਣ ਨੂੰ ਮਿਲਣਗੇ ਜੇ ਲਾਗੂ ਨਹੀਂ ਹੁੰਦੀ ਤਾਂ ਜਰਨਲ ਵਰਗ ਆ ਜਿਹੜਾ ਉਹ ਕਿਹੜਾ ਕਿਹੜੀਆਂ categories ਦੇ ਵਿੱਚ ਰਹਿ ਜਾਂਦਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਪ੍ਰਵਾਸੀ ਟੀਵੀ ਤੇ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਹੈ ਜੀ ਸਿੱਧੀ ਭਰਤੀ ਵੇਲੇ ਵੀ ਰਿਜ਼ਰਵੇਸ਼ਨ ਦਿੰਦੀ ਹੈ ਜੀ ਉਸ ਤੋਂ ਬਾਅਦ ਤਰੱਕੀਆਂ ਵੇਲੇ ਵੀ ਪਦਉਨਤੀਆਂ ਵੇਲੇ ਵੀ ਰਿਜ਼ਰਵੇਸ਼ਨ ਦਿੰਦੀ ਹੈ ਤੇ ਹਾਲਾਂਕਿ ਕਈ ਸਟੇਟਾਂ ਦੇ ਵਿੱਚ ਪ੍ਰੋਮੋਸ਼ਨ ਵੇਲੇ ਰਿਜ਼ਰਵੇਸ਼ਨ ਨਹੀਂ ਹੈਗੀ ਤੇ ਕਈ ਸਟੇਟਾਂ ਦੇ ਵਿੱਚ ਛੋਟੇ ਲੈਵਲ ਤੇ ਰਿਜ਼ਰਵੇਸ਼ਨ ਪ੍ਰੋਮੋਸ਼ਨ ਦਿੱਤੀ ਜਾਂਦੀ ਹੈ ਵੱਡੇ ਲੈਵਲ ਤੇ ਨਹੀਂ ਦਿੱਤੀ ਜਾਂਦੀ ਤੇ ਹਿਮਾਚਲ ਦੇ ਵਿੱਚ ਬਿਲਕੁਲ ਵੀ ਰਿਜ਼ਰਵੇਸ਼ਨ ਪ੍ਰੋਮੋਸ਼ਨ ਨਹੀਂ ਹੈਗੀ ਉੱਤਰਾਪਰਦੇਸ਼ ਦੇ ਵਿੱਚ ਨਹੀਂ ਹੈਗੀ ਉੱਤਰਾਖੰਡ ਦੇ ਵਿੱਚ ਨਹੀਂ ਹੈਗੀ ਹਰਿਆਣਾ ਦੇ ਵਿੱਚ ਸਿਰਫ ਕੈਟਾਗਰੀ ਸੀ ਤੇ ਡੀ ਦੇ ਵਿੱਚ ਏ ਐਂਡ ਬੀਚ ਨਹੀਂ ਹੈਗੀ ਕਮਨਟ ਆਫ ਇੰਡੀਆ ਦੇ ਵਿੱਚ ਜਿਹੜੀ ਹੈ ਏ ਕੈਟਾਗਰੀ ਦੇ ਵਿੱਚ ਇੱਕੋ ਵਾਰੀ ਦਿੱਤੀ ਜਾਂਦੀ ਹੈ ਲੇਕਿਨ ਪੰਜਾਬ ਸਭ ਤੋਂ ਜਿਹੜਾ ਹੈ ਜਿਆਦਾ ਰਿਜ਼ਰਵੇਸ਼ਨ ਜਿਹੜੀ ਐ ਐਕਸੈਸਿਵ ਰਿਜ਼ਰਵੇਸ਼ਨ ਜਿਹੜੀ ਐ ਜਾਂ ਜਿਹੜੀ ਰੋਂਗ ਇੰਪਲੀਮੈਂਟੇਸ਼ਨ ਐ ਰਿਜ਼ਰਵੇਸ਼ਨ ਪਾਲਿਸੀ ਦੀ ਉਹ ਜਿਆਦਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ ਸਾਡੇ ਮੁਤਾਬਕ ਤੇ ਇਸ ਕਰਕੇ ਸਰਕਾਰ ਨੂੰ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਕਿ ਤੁਸੀਂ ਕੋਟੇ ਤੱਕ ਨਿਸ਼ਚਿਤ ਰਹੋ ਸਰਕਾਰ ਨੇ ਹੁਣੇ ਡਾਟਾ ਵੀ ਕਲੈਕਟ ਕੀਤਾ ਹੈ ਔਰ ਡਾਟੇ ਦੇ ਮੁਤਾਬਕ ਜਿਹੜੀ ਰਿਪਰੈਜ਼ੈਂਟੇਸ਼ਨ ਐ ਰਿਜ਼ਰਵ ਕੈਟਾਗਰੀ ਦੀ ਉਹਨਾਂ ਦੀ ਜੋ ਪ੍ਰਸਕ੍ਰਾਈਬਡ ਲਿਮਟ ਰੱਖੀ ਗਈ ਉਹਨਾਂ ਵਾਸਤੇ 25% ਡਾਇਰੈਕਟਰ ਰਿਕਰੂਟਮੈਂਟ ਤੇ 14% ਕੈਟਾਗਰੀ A ਐਂਡ B ਦੇ ਵਿੱਚ ਤੇ C ਐਂਡ D ਦੇ ਵਿੱਚ 20% ਰੱਖੀ ਗਈ ਹੈ ਪ੍ਰਮੋਸ਼ਨ ਦੇ ਵਿਲੇ ਉਹ ਜਿਹੜੀ ਹੈਗੀ ਹੈ ਉਸ ਨਾਲੋਂ ਹਰ ਡਿਪਾਰਟਮੈਂਟ ਦੇ ਵਿੱਚ ਤਕਰੀਬਨ ਤਕਰੀਬਨ ਕੋਟਾ ਪੂਰਾ ਹੈ ਔਰ ਕੋਟੇ ਤੋਂ ਵੱਧ ਨੇ ਗਵਰਨਮੈਂਟ ਕੋਲ ਡਾਟਾ ਵੀ ਆ ਚੁੱਕਿਆ ਹੈ ਲੇਕਿਨ ਗਵਰਨਮੈਂਟ ਨੇ ਡਾਟਾ ਇਹ ਜਿਹੜਾ ਹੈਗਾ ਪਬਲਿਸ਼ ਨਹੀਂ ਕੀਤਾ ਸਾਡੀ ਤਾਂ ਬੇਨਤੀ ਸਰਕਾਰ ਨੂੰ ਇਹ ਹੈ ਕਿ ਲੋਕਾਂ ਦੇ ਸਾਹਮਣੇ ਇਹ ਡਾਟਾ ਰੱਖਣਾ ਚਾਹੀਦਾ ਸਰਕਾਰ ਨੂੰ ਕਿ ਕਿੱਥੇ ਕਿੱਥੇ ਕਮੀ ਹੈ ਕਿੱਥੇ ਵੱਧ ਹੈ ਜਿੱਥੇ ਕੋਈ ਕਮੀ ਹੈਗਾ ਅਸੀਂ ਕਿਸੇ ਦੇ ਖਿਲਾਫ ਨਹੀਂ ਆਂਗੇ ਜਿੱਥੇ ਕੋਈ ਪੋਸਟ ਕਰੋ ਕੋਟਾ ਨਹੀਂ ਮਿਲਿਆ ਹੈਗਾ ਕਿਸੇ ਨੂੰ ਉੱਥੇ ਕੋਟਾ ਸਰਕਾਰ ਦੇਵੇ ਉੱਥੇ ਕੋਈ ਹੋਰ ਬੈਨੀਫਿਟ ਦੇਣਾ ਚਾਹੁੰਦਾ ਸਰਕਾਰ ਦੇਵੇ ਬੈਨੀਫਿਟ ਸਰਕਾਰ ਦੇ ਸਕਦੀ ਹੈ ਲੇਕਿਨ ਐਕਸੈਸਿਵ ਰਿਜ਼ਰਵੇਸ਼ਨ ਨਹੀਂ ਸਰਕਾਰ ਨੂੰ ਦੇਣੀ ਚਾਹੀਦੀ ਤੇ ਕੰਸੀਕੁਐਂਸਲ ਸਨੀਅਰਿਟੀ ਦਾ ਬੈਨੀਫਿਟ ਤਾਂ ਬਿਲਕੁਲ ਨਹੀਂ ਮਿਲਣਾ ਚਾਹੀਦਾ ਕਿਉਂਕਿ ਜੇ ਇਹ ਬੈਨੀਫਿਟ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਤਾਂ ਜਿਵੇਂ ਅਸੀਂ ਪਹਿਲਾਂ ਵੀ ਕੋਟਾਾਂ ਦੇ ਵਿੱਚ ਆਪਣੇ ਕੇਸ ਲਗਾਉਣ ਤੋਂ ਬਾਅਦ ਇਹ ਅਸੀਂ ਪ੍ਰੂਵ ਕਰ ਚੁੱਕੇ ਆਂ ਕਿ ਜੇ ਐਕਸੈਲੇਟਡ ਸੈਨਿਓਰਟੀ ਦਾ ਬੈਨੀਫਿਟ ਦਿੱਤਾ ਜਾਂਦਾ ਹੈ ਤਾਂ ਸੂਨਰ ਰੋ ਲੈਟਰ ਜਿਹੜੀ ਹੈ ਜਨਰਲ ਕੈਟਾਗਰੀ ਹਾਇਰ ਪੋਸਟਾਂ ਦੇ ਉੱਪਰ ਵਾਈਪ ਆਊਟ ਹੋ ਜਾਂਦੀ ਹੈ ਤੇ ਸਾਡੇ ਸਾਡੇ ਕੋਲ ਹਾਇਰ ਪੋਸਟਾਂ ਨਹੀਂ ਰਹਿੰਦੀਆਂ ਨੇ ਜੇ ਸੰਵਿਧਾਨ ਦੀ 85ਵੀਂ ਸੋਧ ਹਜੇ ਤਜਵੀਜ਼ ਆਈ ਹੈ ਲਾਗੂ ਨਹੀਂ ਹੋਈ ਜੇ ਲਾਗੂ ਹੋ ਜਾਂਦੀ ਹੈ ਤਾਂ ਤੁਸੀਂ ਕਿਦਾਂ ਦੀ ਤਸਵੀਰ ਦੇਖਦੇ ਹੋ ਨੌਕਰੀਆਂ ਵਾਲੇ ਪਾਸੇ ਬਹੁਹੁਰ ਸਬਦਾ ਵਾਲੇ ਪਾਸੇ ਕਿਉਂਕਿ ਇੱਕ ਮੈਂ ਹੋਰ ਚੀਜ਼ ਸਪਸ਼ਟ ਕਰਦੇ ਆ ਕਿ ਜਨਰਲ ਕੈਟਾਗਰੀ ਤੇ ਬੈਕਵਰਡ ਕਲਾਸਸ ਦੋਨਾਂ ਨੂੰ ਰਿਜ਼ਰਵੇਸ਼ਨ ਇਨ ਪ੍ਰੋਮੋਸ਼ਨ ਦਾ ਬੈਨੀਫਿਟ ਨਹੀਂ ਹੈਗਾ ਰਿਜ਼ਰਵੇਸ਼ਨ ਇਨ ਪ੍ਰੋਮੋਸ਼ਨ ਦਾ ਬੈਨੀਫਿਟ ਓਨਲੀ ਜਿਹੜਾ ਹੈਗਾ ਸ਼ਡਿਊਲ ਕਾਸਟ ਕੈਟਾਗਰੀ ਨੂੰ ਕਾਫੀ ਲੰਮੇ ਸਮੇਂ ਤੋਂ ਮਿਲਦਾ ਹੈ ਉਸ ਤੋਂ ਬਾਅਦ ਇੱਕ ਅੱਦਾ ਹੋਰ ਇਹਨਾਂ ਨੇ ਹੈਂਡੀਕੈਪ ਬੰਦੋ ਕੇ ਬੈਕਵਰਡ ਲਾਕ ਕੇ ਨੂੰ ਹੋਣਾ ਚਾਹੀਦਾ ਹੈ ਬੈਕ ਨਹੀਂ ਇਹ ਨਹੀਂ ਸਾਡਾ ਮਤਲਬ ਕਹਿਣ ਦਾ ਇਹ ਹੈ ਕਿ ਬੈਕਵਰਡ ਕਲਾਸਸ ਨੂੰ ਜਿਹੜਾ ਝੂਠ ਬੋਲ ਰਹੀ ਹੈ ਸਰਕਾਰ ਕਿ ਅਸੀਂ ਬੈਕਵਰਡ ਕਲਾਸ ਨੂੰ ਬੇਨਫਿਟ ਦੇਣਾ ਹੈ ਬੈਕਵਰਡ ਕਲਾਸ ਨੂੰ ਰਿਜ਼ਰਵੇਸ਼ਨ ਪ੍ਰਮੋਸ਼ਨ ਦਾ ਬੇਨਫਿਟ ਨਹੀਂ ਆਏਗਾ ਰਿਜ਼ਰਵੇਸ਼ਨ ਬੇਨਫਿਟ ਉਹਨਾਂ ਵਾਸਤੇ ਨਹੀਂ ਹੁੰਨੀ 1997 ਤੋਂ ਜਿਹੜਾ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਹੈ ਉਹ ਬੰਦ ਹੋ ਚੁੱਕੀ ਹੈ ਤੇ ਇਸ ਕਰਕੇ ਜਦੋਂ ਰਿਜ਼ਰਵੇਸ਼ਨ ਪ੍ਰਮੋਸ਼ਨ ਬੰਦ ਹੋ ਚੁੱਕੀ ਹੈ ਤਾਂ ਫਿਰ ਐਕਸੈਲੇਟਡ ਸਨੀਅਰਿਟੀ ਦੇ ਬੇਨਫਿਟ ਦਾ ਮਤਲਬ ਹੀ ਕੋਈ ਨਹੀਂ ਹੈਗਾ ਉਹ ਤਾਂ ਮਿਲਣਾ ਹੀ ਨਹੀਂ ਕਿਸੇ ਨੂੰ ਵੀ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਕਿ ਇਹ ਜਿਹੜਾ ਹੈਗਾ ਸਾਡਾ ਫਿਰ ਕੋਈ ਭਵਿੱਖ ਨਹੀਂ ਹੈਗਾ ਜੇ 85th ਐਮੈਂਡਮ ਲਾਗੂ ਹੋ ਜਾਂਦੀ ਹੈ ਇਸ ਕਰਕੇ ਲਾਗੂ ਨਹੀਂ ਹੋਣੀ ਚਾਹੀਦੀ ਪੰਜਾਬ ਤੁਸੀਂ ਇਹਦਾ ਕਿਸ ਤਰ੍ਹਾਂ ਦਾ ਵਿਰੋਧ ਕਰਦੇ ਹੋ ਜਾਂ ਅੱਗੇ ਹੋਰ ਵੀ ਵਿਰੋਧ ਕਰਨ ਦੇ ਲਈ ਖੁੱਲ ਕੇ ਸਾਹਮਣੇ ਆਉਂਗੇ ਬਿਲਕੁਲ ਆਵਾਂ ਅਸੀਂ ਮਿਲ ਰਹੇ ਹਾਂ ਅਸੀਂ ਆਪਣੀ ਕਵਾਜ ਬੁਲੰਦ ਕਰ ਰਹੇ ਹਾਂ ਜਿਹੜਾ ਡੈਮੋਕਰੈਟਿਕ ਸਿਸਟਮ ਹੁੰਦਾ ਅਸੀਂ ਡੈਮੋਕਰੈਟਿਕ ਸਿਸਟਮ ਦੇ ਮੁਤਾਬਕ ਚੱਲ ਰਹੇ ਹਾਂ ਅਸੀਂ ਕੋਈ ਲਾਲੈਸਨੈਸ ਨਹੀਂ ਕ੍ਰੀਏਟ ਕਰਦੇ ਹਾਂਗੇ ਤੇ ਨਾ ਹੀ ਸਾਡੀ ਕੋਈ ਅਜਿਹੀ ਮਨਸਾ ਹੁੰਦੀ ਹੈ ਨਾ ਹੀ ਕੋਈ ਅਸੀਂ ਸਰਕਾਰ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਸਾਡਾ ਤਾਂ ਜਿਹੜਾ ਇੱਕ ਡੈਮੋਕਰੈਟਿਕ ਸਿਸਟਮ ਹੈ ਉਹਦੇ ਵਿੱਚ ਰਹਿੰਦੇ ਹੋਏ ਅਸੀਂ ਯੋਸਰਨ ਨਤਕਾ ਹੋ ਰਿਹਾ ਹੈ ਉਸ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਦੇ ਇਹਦੇ ਲਈ ਤੁਸੀਂ ਕੀ ਅਧਿਕਾਰੀਆਂ ਨੂੰ ਮਿਲੇ ਜਾਂ ਇਸ ਡਿਪਾਰਟਮੈਂਟ ਦੇ ਬੰਦਿਆਂ ਨੂੰ ਮਿਲੇ ਅਸੀਂ ਐਮਐਲਏ ਸਹਿਬਾਨ ਨੂੰ ਮਾਮਲਾ ਨੂੰ ਦਿੱਤਾ ਮੰਤਰੀ ਸਹਿਬਾਨ ਨੂੰ ਮਾਮਲਾ ਨੂੰ ਦਿੱਤਾ ਉਹਨਾਂ ਨੂੰ ਮਿਲਿਆ ਉਹਨਾਂ ਦੇ ਸਾਹਮਣੇ ਅਸੀਂ ਆਪਣਾ ਪੱਖ ਵੀ ਪੇਸ਼ ਕੀਤਾ ਅਸੀਂ ਆਪਣੇ ਆਰਗੂਮੈਂਟ ਦਿੱਤੇ ਨੇ ਉਹਨਾਂ ਨੂੰ ਠੋਸ ਦਲੀਲਾਂ ਦਿੱਤੀਆਂ ਨੇ ਜਿਹਦੇ ਕਰਕੇ 85ਵੀਂ ਸੋਧ ਲਾਗੂ ਨਹੀਂ ਹੋ ਸਕਦੀ ਤੇ ਇਹੀ ਅਸੀਂ ਉਪਰਾਲਾ ਕਰ ਰਹੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ 85% ਲਾਗੂ ਨਹੀਂ ਕਰੇਗੀ ਪੰਜਾਬ ਉਹਨਾਂ ਦਾ ਕੀ ਜਵਾਬ ਸੀਗਾ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਹੋ ਮੰਗ ਪੱਤਰ ਵੀ ਦਿੱਤਾ ਹੈ ਜਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਨਾਲ ਆਰਗੂ ਕੀਤਾ ਉਹਨਾਂ ਦੇ ਇਹ ਸੀ ਕਿ ਤੁਹਾਡੇ ਨਾਲ ਤੱਕਾ ਨਹੀਂ ਹੋਣ ਦਵਾਂਗੇ ਤੁਹਾਡੇ ਨਾਲ ਦੇ ਨਹੀਂ ਵੀ ਤੱਕਾ ਹੋ ਰਿਹਾ ਤੱਕਾ ਨਹੀਂ ਹੋਣ ਦਵਾਂਗੇ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਸਾਡੇ ਨਾਲ ਤੱਕਾ ਕਰ ਰਹੇ ਹੋ ਕਿ ਨਹੀਂ ਤੁਹਾਡੇ ਨਾਲ ਤੱਕਾ ਨਹੀਂ ਹੋਏਗਾ ਤਾਂ ਸਰਕਾਰ ਨੂੰ ਤੁਸੀਂ ਕੁਝ ਖਾਸ ਦਿਨਾਂ ਦਾ ਕੁਝ ਖਾਸ ਦਿਨਾਂ ਦਾ ਕੋਈ ਅਲਟੀਮੇਟਮ ਦਿੰਨੇ ਹੋ ਕਿ ਕਦੋਂ-ਕਦੋਂ ਹੱਲ ਹੋਣਾ ਚਾਹੀਦਾ ਇਪ੍ਰੈਸ ਸਕੱਟਰੀ ਮੇਰੇ ਸਿੰਘਲਾ ਸਾਹਿਬ ਨਹੀਂ ਦੇਖੋ ਸਰਕਾਰ ਨੂੰ ਜਿਵੇਂ ਕਿ ਸਾਡੇ ਪਹਿਲਾਂ ਸਰਪੰਚ ਸਾਹਿਬ ਨੇ ਦੱਸਿਆ ਵੀ ਅਸੀਂ ਡੈਮੋਕ੍ਰੈਟਿਕ ਢੰਗ ਦੇ ਨਾਲ ਆਪਣਾ ਜਿਹੜਾ ਵਿਰੋਧ ਹੈ ਉਹ ਦਰਜ ਕਰਾਉਣੇ ਆ ਉਹਦਾ ਢੰਗ ਹੁੰਦਾ ਵੀ ਪਹਿਲਾਂ ਅਸੀਂ ਐਮਐਲਏ ਨੂੰ ਦਿੱਤੇ ਮੈਮੋਰੰਡਮ ਮੰਤਰੀਆਂ ਨੂੰ ਦਿੱਤੇ ਉਸ ਤੋਂ ਬਾਅਦ ਤੇ ਹੁਣ ਫਿਰ ਮੁੱਖ ਮੰਤਰੀ ਨੂੰ ਵੀ ਅਸੀਂ ਮਤਲਬ ਹੁਣ ਅਸੀਂ ਪ੍ਰੈਸ਼ਰ ਆਹੀ ਵੀ ਇਹੇ ਗੱਲ ਉਭਾਰ ਰਹੇ ਆ ਕਿ ਹੁਣ ਜਿਹੜਾ ਤੱਕਾ ਹੁੰਦਾ ਤੇ ਫਿਰ ਅਸੀਂ ਸਾਡੇ ਕੋਲ ਉਸ ਤੋਂ ਬਾਅਦ ਤਾਂ ਫਿਰ ਕੋਰਟ ਦਾ ਹੀ ਰਾਹ ਬਚਦਾ ਜੇ ਇਹ ਲਾਗੂ ਹੁੰਦੀ ਹੈ ਜੇ ਸਰਕਾਰ ਧੱਕਾ ਕਰੇ ਪਰ ਅਸੀਂ ਕੋਈ ਮਤਲਬ ਜਿਹੜੀ ਹੈ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਚਾਹੁੰਦੇ ਜਿਵੇਂ ਕਿਤੇ ਸੜਕਾਂ ਰੋਕਤੀਆਂ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਮਤਲਬ ਉਹਨਾਂ ਵਿਰੋਧ ਪ੍ਰਸਾਦ ਤੁਹਾਨੂੰ ਲੱਗਦਾ ਕੋਰਟਾਂ ਵਾਲੇ ਲੰਬੇ ਹੋ ਜਾਂਦੇ ਨੇ ਕੰਮ ਨਹੀਂ ਲੰਬੇ ਤਾਂ ਹੋ ਜਾਂਦੇ ਨੇ ਫਿਰ ਹੱਲ ਨਹੀਂ ਕੋਈ ਪਰ ਸਰਕਾਰ ਆ ਸਾਡੇ ਕੋਰਟਾਂ ਦੇ ਮੰਨੇ ਹੋਏ ਫੈਸਲੇ ਨੂੰ ਵੀ ਜਿਹੜੇ ਬਿੱਲ ਲਿਆ ਕੇ ਇਹਨਾਂ ਨੇ ਬਹੁਤ ਸਾਰੇ ਫੈਸਲੇ ਰੋਲਣ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਜਿਹੜੀ ਸਾਡੀ ਜਰਨਲ ਵਰਗ ਦੀ ਜਿਹੜੀ ਤਾਕਤ ਹੈ ਉਹ ਦੋ ਗੁਣੀ ਹੋ ਗਈ ਕਿਉਂਕਿ BCB ਸਾਡੇ ਨਾਲ ਨੇ ਹੁਣ ਇਹਨਾਂ ਸੌਖਾ ਨਹੀਂ ਹੈਗਾ ਲਾਗੂ ਕਰਨਾ ਬਹੁਤ ਸ਼ੁਕਰੀਆ ਸੋ ਦੇਖਣਾ ਹੋਵੇਗਾ ਕਿ 85ਵੀਂ ਜਿਹੜੀ ਸੋਧ ਹੈ ਪੰਜਾਬ ਸੰਵਿਧਾਨ ਦੀ ਉਹ ਲੱਗ ਹੁੰਦੀ ਹੈ ਜਾਂ ਨਹੀਂ ਹੁੰਦੀ ਜੀ ਉਹ ਲੱਗ ਹੁੰਦੀ ਆ ਤਾਂ ਜਰਨਲ ਕੈਟਾਗਰੀ ਨੂੰ ਜਿਹੜੇ ਬਹੁਤ ਸਾਰੇ ਜਿਹੜਾ ਜਰਨਲ ਵਰਗ ਆ ਜਿਹੜੇ ਨੂੰ ਬਹੁਤ ਸਾਰੇ ਲਾਬ ਮਿਲਦੇ ਨੇ ਉਹ ਨਹੀਂ ਮਿਲਣਗੇ ਜਾਂ ਨੌਕਰੀਆਂ ਤੋਂ ਬਿਲਕੁਲ ਹੀ ਜਨਰਲ ਕੈਟਾਗਰੀ ਜਿਹੜੀ ਉਹ ਹਾਸ਼ੀ ਤੇ ਧੱਕੇ ਉਹ ਜੇਕਰ 58ਵੀਂ ਸੋਧ ਲਾਗੂ ਹੁੰਦੀ ਹੈ ਸ਼ਾਮ ਉਹਨਾਂ ਨੇ ਕਿਹਾ ਕਿ ਅਸੀਂ ਐਮ ਐਲ ਏ ਨੂੰ ਤੇ ਆਲ ਅਧਿਕਾਰੀਆਂ ਨੂੰ ਮਿਲ ਕੇ ਜਿਹੜੇ ਮੈਮੋਰੰਡਮ ਨੇ ਆਪਣੇ ਮੰਗ ਪੱਤਰ ਨੇ ਉਹ ਦਿੱਤੇ ਹੋਏ ਨੇ ਪਰ ਫਿਰ ਵੀ ਜੇਕਰ ਉਹ 85ਵੀਂ ਸੋਧ ਲਾਗੂ ਕਰਦੀ ਹੈ ਸਰਕਾਰ ਤਾਂ ਅਸੀਂ ਤਾਂ ਡਟਮਾ ਵਿਰੋਧ ਕਰਾਂਗੇ ਤੇ ਅਖੀਰਲਾ ਅਸੀਂ ਕੋਰਟ ਤੱਕ ਦਾੜਾ ਬੂਹਾ ਖੜਕਾਵਾਂਗੇ ਸੋ ਦੇਖਣਾ ਵਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੀ ਕਿਹੋ ਜਿਹੀ ਤਸਵੀਰ ਰਹਿੰਦੀ ਹੈ ਸੋ ਬਾਕੀ ਖਬਰਾਂ ਦੇ ਲਈ ਜੁੜੇ ਰਹੋ ਪ੍ਰਵਾਸੀ ਟੀਵੀ ਦੇ ਨਾਲ ਕੈਮਰਾਮੈਨ ਗਰਜੋਤ ਦੇ ਨਾਲ ਮੈਸਾ ਫਰੰਦਾਵਾ ਚੰਡੀਗੜ੍ਹ ਤੋਂ